ਖੁਦਾ ਦੀ ਜ਼ਮੀਨ ਦੇ ਉੱਤੇ ਡਿੱਠੇ ਸੇ, ਅੱਲਾ ਦੇ ਆਸਮਾਨ ਥੱਲੇ, ਅੱਲਾ ਦੀ ਜ਼ਮੀਨ ਦੇ ਉੱਤੇ ਭੈਣ ਦੀ ਚਾਦਰ ਕੋਈ ਨੀ, ਭਰਾ ਦਾ ਕਫਨ ਕੋਈ, ਇਹਨਾਂ ਦਾ ਕਿਹੜਾ ਜੁਰਮ ਆਈ ਜਿਹੜੇ ਜਵਾਨ ਸੁੱਤੇ ਪੈਣ? ਹੁਸੈਨੀਅਤ ਜੁਰਮ ਇਹਨਾਂ, ਹੁਸੈਨ ਨੋਕੇ ਸਿਨਾ ਪੇ ਚੜ ਗਏ, ਯੇ ਕਹਿ ਗਏ ਥੇ ਯਜ਼ੀਦੀਓ ਸੇ, ਜਹਾਂ ਜਹਾਂ ਤੂੰ ਸਿਤਮ ਕਰੋਗੇ ਵਹਾਂ ਵਹਾਂ ਕਰਬਲਾ ਬਨੇਗੀ। ਭੈਣ ਦੀ ਚਾਦਰ ਕੋਈ ਨੀ, ਭਰਾ ਦਾ ਕਫਨ ਕੋਈ ਨੀ, ਅੱਲਾਹ ਦੀ ਜ਼ਮੀਨ ਦੇ ਉੱਤੇ ਇਹ ਮੰਜ਼ਰ ਰਿੱਠੇ ਸੇ। ਮੈਂ ਆਪਣਾ ਵਕਤ ਪੜ੍ਹ ਖੜੋਤਾ, ਮਸਾਹਿਬ ਦਾ ਟਾਈਮ ਕੋਈ, ਆਪਣੇ ਭਰਾਵਾਂ ਕੋਲ ਦੋ ਚਾਰ ਮਿੰਟ ਮੰਗ ਕੇ ਪੜ੍ਹਦਾ ਪਿਆਂ। ਭੈਣ ਦੇ ਸਾਹਮਣੇ ਆ ਖੜੇ, ਇਤਨਾ ਜ਼ਖਮੀ ਹੈ, ਸਾਹ ਜੋ ਖਿਨਿਆ ਨਾ ਜ਼ਿਰਾ ਚੋ ਖੂਨ ਦੇ ਫਵਾਰੇ ਨਿਕਲਦੇ। ਅੱਲਾਹ ਦੀ ਕਸਮ ਹੈ, ਤੇਰੀ ਬਹੁ ਇਜ਼ਮਤ ਅਜ਼ਮਤ ਤੇ ਮਕਾਮ ਹੈ, ਹੁਸੈਨ ਤੇਰੇ ਵਾਸਤੇ ਦੁਆ ਮੰਗੀ ਆਈ। ਤੂੰ 1400 ਸਾਲ ਹੋ ਗਏ ਸੁਣ ਕੇ ਬੈਠਾ ਰਹੋਨੇ, ਅੱਲਾਹ ਜਾਣੇ ਉਹ ਭੈਣੀ ਜਿਹੜੀ ਡੇਧੀਆਂ ਰਹੀਆਂ ਉਹਨਾਂ ਕਿਵੇਂ ਬਰਦਾਸ਼ਤ ਕੀਤਾ। ਉਹ ਸੀ ਭੈਣ ਦੇ ਸਾਹਮਣੇ ਆ ਕੇ ਆਦਾ ਕਰਤੇ, ਈ ਤੀਨੀ ਬਿਸੋ ਬਿਲ ਅਤੀਕ, ਅੰਮਾ ਦੀ ਜਾਈ ਕੋਈ ਪੁਰਾਣੀ ਪੋਸ਼ਾਕ ਦੇ। ਆਦੀ ਹੁਸੈਨ ਦਰਜ਼ੀ ਮੌਜੂਦ ਹੈ, ਜੰਨਤੀ ਮੌਜੂਦ ਹੈ, ਮੈਂ ਭੈਣੀ ਮੌਜੂਦ ਹਾਂ, ਮਾਂ ਜ਼ਹਰਾ ਲਿਕਰ ਆਖੇ ਦੁਆ ਮੰਗਾ ਪੋਸ਼ਾਕ ਜੰਨਤ ਚੋਂ ਆਵੇ। ਆਦਨ ਨਹੀਂ ਅੰਮਾ ਦੀ ਜਾਈ, ਮੇਰੇ ਵਸਣ ਦੇ ਵੇਲੇ ਮੁੱਕ ਗਏ, ਅੱਜ ਦੇ ਪੋਸ਼ਾਕ ਪੁਰਾਣੀ ਜ਼ੈਨਬ ਅਤ ਪਹਿਨਦੇ ਜਗ ਪਰਦੇਸੀ। ਮੈਂ ਜਾਣਦਾ ਹਾਂ ਮੇਰੀ ਅੰਮਾ ਦੀ ਜਾਈ ਮੇਰੀ ਲਾਸ਼ ਤੇ ਲੁੱਟ ਪਏ ਵੇ ਸੀ, ਕੋਈ ਮੁੰਦਰੀ ਕੋਈ ਆ ਮਾਮਾ ਕੋਈ ਆ ਪੋਸ਼ਾਕ ਲਹੇ ਸੀ, ਤੇਰੇ ਵੀਰ ਗਰੀਬ ਤੇ ਤਨ ਅਤ ਹਰ ਤੇ ਪੋਸ਼ਾਕ ਯਾ ਰਹੇ ਵੇ ਸੀ। ਮੈਂ ਇੰਤਜ਼ਾਰ ਨਹੀਂ ਕਰਾਇਆ, ਅੱਲਾ ਤੇਰਾ ਪੁਰਸਾ ਕਬੂਲ ਫਰਮਾਵੇ। ਆਬਰੂ ਕੱਟੇ ਜਿਸਮ ਜ਼ਖਮੀ ਹੈ, ਜ਼ਖਮਾਂ ਚੋਂ ਰੱਤ ਵਧੀ ਵਾਂਦੀ ਏ, ਕੈਲੇ ਸੱਜੇ ਟੁਰ ਪਾਉਂਦੇ, ਕੈਲੇ ਖੱਬੇ ਟੁਰ ਪਾਉਂਦੇ, ਕੈਲੇ ਵੈਣ ਬੁਲੰਦ ਕਰੇਂਦੇ। ਉਹ ਸ਼ਰੀਫਾਂ ਉਹ ਵੈਣ ਐਸੇ ਬੁਲੰਦ ਕਰੇਂਦੇ ਜਿਵੇਂ ਜ਼ਈਫ ਮਾਵਾਂ ਜਵਾਨ ਪੁੱਤਰ ਤੇ ਗਮ ਵਿੱਚ ਰੋਂਦੀ। ਕੋਈ ਆਮ ਮਲਿਕ ਖਾਨ ਜਾਂ ਚੌਧਰੀ ਘੋੜੇ ਦੀ ਵਾਗ ਆਪ ਨਹੀਂ ਨਾ ਪੈਂਦਾ, ਘੋੜੇ ਦੀਆਂ ਵਾਗਾਂ ਹੁੰਦੇ ਨੌਕਰ ਨਾ ਪੈਂਦੇ, ਨੌਕਰ ਮੌਜੂਦ ਨਾ ਹੋਵੇ ਪੁੱਤਰ ਨਾ ਪੈਂਦੇ, ਪੁੱਤਰ ਮੌਜੂਦ ਨਾ ਹੋਵੇ ਭਰਾ ਨਾ ਪੈਂਦੇ। ਅੱਲਾ ਦੀ ਕਸਮ ਹੈ, ਇਹੋ ਟਾਈਮ ਹੈ ਘੋੜੇ ਦੀਆਂ ਵਾਗਾਂ ਪਕੜ ਕੇ ਦਸੇਂਦਾ ਵਧਾ, ਮੇਰਾ ਅਕਬਰ ਮਾਰਾ ਗਏ, ਮੇਰਾ ਕਾਸਿਮ ਮਾਰਾ ਗਏ, ਅਜਰਕੁਮ ਅੱਲਾ ਮੈਂ ਲਖਵਾਰ ਪੜਦਾ ਰਹਾਂ, ਮੇਰੇ ਉਹਨੂੰ ਮੁਹੰਮਦ ਮਾਰੇ ਗਏ। ਆਪਣੇ ਹੱਥੇ ਜ਼ੁਲਜਨਾ ਤੇ ਸ਼ਾ ਲਗਾਏ ਲੀਨ ਠਾਵਣ, ਕੋਈ ਜੋ ਵੇਲਾ ਯਾਦ ਆਇਸ ਲਗਾ ਬੇਵਸ ਨੀਰ ਵਹਾ, ਕਰ ਯਾਦ ਅਕਬਰ ਤੇ ਕਾਸਿਮ ਕੋ। ਅੱਲਾ ਤੇਰਾ ਪੁਰਸਾ ਕਬੂਲ ਫਰਮਾਵੇ। ਆਖਰੀ ਜੁਮਲਾ ਸਟੇਜ ਛੁੜੇਂਦਾ ਪੀ, ਆਦਾ ਵਾਲਿਆ ਨਾ ਨਾ ਬਣਾਈ ਮੇਰੇ ਸੋਹਣੇ ਭਰਾਵਾਂ, ਐ ਨਾ ਇਖਵਾਨੀ ਤਵੱਜੋ ਮੇਰੇ ਵਾਲੇ ਪਾਸੇ, ਐ ਨਾ ਇਖਵਾਨੀ ਉਹ ਮੇਰੇ ਸੋਹਣੇ ਪੁੱਤਰਾ, ਕਿਆ ਵਜ੍ਹਾ ਏ ਮੈਸਰੇ ਨਾ ਮੈਨੂੰ ਜਵਾਬ ਹੀ ਨਾ ਦੇਂਦੇ। ਜਵਾਨ ਏ ਤੇ ਜਵਾਨੀ ਦਾ ਕੋਈ ਫਾਇਦਾ ਨਹੀਂ ਜਿਹੜੇ ਹੁਸੈਨ ਦੇ ਗਮ ਵਿੱਚ ਨਹੀਂ ਰੋ ਸਕਦੀ, ਜ਼ਈਫ ਏ ਤੇ ਜ਼ਈਫੀ ਦਾ ਕੋਈ ਫਾਇਦਾ ਨਹੀਂ ਜਿਹੜੀ ਹੁਸੈਨ ਦੀ ਮਜ਼ਲੂਮੀਅਤ ਕੋ ਨਹੀਂ ਰੋ ਸਕਦੀ। ਉਹ ਸ਼ਰੀਫਾ ਆਬਰੂ ਕੱਟੇ ਹੋਏ ਨਾ ਜਿਸਮ ਜ਼ਖਮੀ ਆ, ਜ਼ਖਮਾਂ ਚੋਂ ਰੱਤ ਵਧੀ ਗਾਉਂਦੀ ਆਈ ਆ, ਆਦੇ ਕਿਆ ਵਜ੍ਹਾ ਏ ਮੈਸਰੇ ਨਾ ਮੈਨੂੰ ਜਵਾਬ ਹੀ ਨਾ ਦੇਂਦੇ। ਮੈਂ ਜਿਤਨਾ ਦਾ ਤੀਰ ਲੱਗਦੇ ਪੈਣ ਤੀਰ ਰੋਕੋ, ਨੇਜ਼ੇ ਲੱਗਦੇ ਪੈਨੇ ਜ਼ੇ ਰੋਕੋ, ਤੱਸਾ ਪਾਣੀ ਪਿਲੋ ਭੁੱਖਾ ਖਾਣੇ ਖਵਾ, ਜ਼ਹਰਾ ਦਾ ਚੰਨ ਵੱਤ ਸੁੱਤੇ ਲਾਸ਼ਾਂ ਨੂੰ ਜਗੇਂਦਾ ਕਿਉਂ ਐ, ਆਦੇ ਉੱਠੋ ਵਦਫਾ ਹਰਾਮੇ ਰਸੂਲ ਅੱਲਾ, ਓ ਮੇਰੀ ਜ਼ੈਨਬ